मेरी आ भी गई है। ਕੀ ਹਾਲ ਚਾਲ ਆ? ਵਧੀਆ ਠੀਕ ਠਾਕ ਮੰਮੀ, ਤੁਸੀਂ ਸੁਣਾਓ? ਮੰਮੀ ਡੈਡੀ ਦਾ ਕਿਦਾਂ? ਵਧੀਆ ਠੀਕ ਠਾਕ, ਉਹ ਵੀ ਸਾਰੇ। ਮੈਂ ਹੁਣ ਰਹਿਣਾ 2-4 ਦਿਨ ਰੀਜ ਨਾਲ। ਜਿੰਨੇ ਦਿਨ ਮਰਜ਼ੀ ਰਹਿ, ਰਹਿਣ ਵਾਲੀ ਤੇ ਤੂੰ ਬਣ, ਅਸੀਂ ਤੇ ਰੱਖਨੇ ਆ। ਤੇ ਹੋਰ ਕਿਦਾਂ ਭਾਬੀ? ਭਾਬੀ ਠੀਕ ਠਾਕ, ਸਭ ਠੀਕ ਠਾਕ ਵਧੀਆ। ਕਿੱਥੇ ਗਏ ਵੀਰ ਜੀ? ਉਹ ਤੇ ਬਾਹਰ ਤੇ ਕੱਦੂ ਦੇ ਕਰਨ ਨਿਹਾ ਤੇ ਸੰਦੀਪ ਦਾ ਕਿੱਥੇ। ਡੈਡੀ ਜੀ ਦਾ ਆਉਂਦਾ ਫੋਨ? ਚੰਗਾ ਚੱਲਦਾ ਕੰਮ ਉਹਨਾਂ ਦਾ? ਹਾਂ ਬੜਾ ਵਧੀਆ। ਕਦੋਂ ਦੇ ਆਏ ਆ? ਮਹੀਨਾ ਡੇਢ ਹੋਇਆ ਆ। ਚਲੋ ਵਧੀਆ, ਵਾਵਾ ਟਾਈਮ ਹੀ ਲੱਗ ਜਾਂਦਾ ਉਹਨਾਂ ਦਾ ਇੱਧਰ ਨੂੰ, ਹਨਾ? ਹਾਂ, ਕਿੰਨੇ ਦਿਨਾਂ ਬਾਅਦ ਚੱਕਰ ਲੱਗਦਾ ਕਿ। ਹੋਰ ਕੋਈ ਨਵੀਂ ਤਾਜ਼ੀ? ਵਧੀਆ ਵਧੀਆ, ਨਵੀਆਂ ਤਾਜ਼ੀਆਂ ਬਸ ਪੁਰਾਣੀਆਂ ਹੀ ਆ ਸਾਰੀਆਂ। ਚਲੋ ਮੈਂ ਚੱਲਦਾ ਫਿਰ। ਰੋਟੀ ਤੇ ਖਾ ਲਈ? ਚਲੇ ਜਾਣਾ ਹੈ। ਨਹੀਂ ਮੈਂ ਰੋਟੀ ਨਹੀਂ ਖਾਣੀ। ਕਿਉਂ? ਮੈਂ ਤੈਨੂੰ ਪਤਾ ਅੱਗੇ ਵੀ ਜਾਣਾ ਲੇਟ ਹੋਣ ਡਿਆ ਵਾ। ਚਾਹ ਪਾਣੀ ਕੋ ਰੋਟੀ ਪਾਣੀ ਕੁਛ ਖਾ ਪੀ ਕੇ ਕੋਈ ਗੱਲ ਨਹੀਂ, ਫੇਰ ਬਾਅਦ ਚ ਆਊਂਗਾ ਮੈਂ ਇਹਨੂੰ। ਮੈਂ ਕਿਹਾ ਚੱਲ ਜਾਂਦਾ ਜਾਂਦਾ ਛੱਡ ਜਾਣਾ, ਕਹਿਣ ਦੀ ਸੀ ਕਿੰਨੇ ਦਿਨਾਂ ਦੀ ਜਾਣਾ ਜਾਣਾ। ਮੈਂ ਕਿਹਾ ਚੱਲ ਰਹਿ 2-4 ਦਿਨ। ਮੈਂ ਕਦੇ ਦੀ ਵੇਖਣ ਡਈ ਆ, ਮੂੰਹ ਮੈਂ ਅੱਖਾਂ ਥੱਕ ਗਈਆਂ, ਰਾਹ ਵੇਖ ਵੇਖ ਕੇ ਮੇਤੀ ਨਹੀਂ ਆਉਣਾ ਅੱਜ। ਹੈ ਚਲੋ ਕੋਈ ਨਹੀਂ, ਹੁਣ ਜੇ ਵੀਰ ਜੀ ਹੁੰਦਾ ਘਰ ਤੇ ਮਿਲ ਲੈਣਾ ਸੀ ਉਹਨੂੰ, ਉਹ ਹੈ ਹੀ ਨਹੀਂ ਘਰ। ਮੈਂ ਚੱਲਦਾ ਫਿਰ, ਹੁਣ ਤੂੰ ਰਹਿ ਲਈ 2-3 ਦਿਨ, ਠੀਕ ਆ? ਦੱਸ ਦੀ ਮੈਨੂੰ ਫਿਰ ਮੈਂ ਲੈ ਜਾਊਂਗਾ। ਕੋਈ ਨਹੀਂ, ਮੈਂ ਕਰ ਦਾਂਗੀ ਫੋਨ। ਗਰਮੀ ਕਰਕੇ ਲੱਗਦੇ ਤੈਨੂੰ, ਵੀ ਗਰਮੀ ਨਾਲ ਥੋੜਾ ਜਿਹਾ ਫਰਕ ਗਿਆ ਹੋਊਗਾ। ਸਿਆਲ ਚ ਹੋਰ ਸਾਫ਼ ਹੋ ਜਾਂਦਾ, ਗਰਮੀ ਚ ਹੋਰ ਹੋ ਜਾਂਦਾ। ਨੀ ਕਿੱਦਾਂ ਦੇ ਲੱਗਣ ਡੇ ਪਏ, ਮਾੜੇ ਮਾੜੇ ਜਾ ਵੇਖੋ ਹਨਾ, ਓਦਾਂ ਤੈਨੂੰ ਲੱਗਦਾ। ਚਿਰਾ ਚਿਰਾ ਬਾਅਦ ਵੇਖੀਏ ਨਾ, ਪੈਸੇ ਲੈਣੇ ਕਿ ਜਾਂ ਕੱਪੜੇ ਬਣਾ ਕੇ ਖੜਨੇ? ਨਹੀਂ ਮੰਮੀ, ਮੈਂ ਕੱਪੜੇ ਬਣਾ ਕੇ ਖੜਨੇ, ਪੈਸੇ ਵਰਤੇ ਜਾਂਦੇ ਆ। ਪਿਛਲੀ ਵਾਰੀ ਵੀ ਤੁਸੀਂ ਮੈਨੂੰ ਪੈਸੇ ਦੇ ਤੇ ਸੀ, ਵਰਤੇ ਗਏ ਸੀ। ਤੁਸੀਂ ਕੱਪੜੇ ਬਣਾ ਦਿਓ, ਫਿਰ ਬੰਦਾ ਬੰਨ ਛੋਨੀ ਪਾਉਂਦਾ ਤੇ ਹੈ ਨਾ। ਤੇ ਹੁਣ ਵਿੱਕੀ ਦੇ ਤੇ ਆਪਣੇ ਦੋਵਾਂ ਦੇ ਕੱਪੜੇ ਖੜਨੇ? ਹਾਂਜੀ, ਸੋਹਣੇ ਸੋਹਣੇ ਸੂਟ ਬਣਾ ਦਿਓ ਤੇ ਫਿਰ ਚੱਲੀਏ ਕਿਸੇ ਵੇਲੇ ਬਣਾ ਲਿਆਈਏ। ਚਲੋ ਚੱਲ ਜਾਂਦੇ ਹਾਂ ਕਿਸੇ ਦਿਨ। ਹੈਂ, ਚੱਲ ਜਾਂਦੇ ਹਾਂ, ਕੱਲ੍ਹ ਹੀ ਚੱਲ ਜਾਂਗੇ ਦੀਦੇ ਫਿਰ। ਚੱਲ ਕੱਲ੍ਹ ਹੀ ਚੱਲ ਜਾਵਾਂਗੇ। ਹੂੰ, ਚੱਲ ਜਾਵਾਂਗੇ ਕੱਲ੍ਹ ਨੂੰ। ਵਧੀਆ ਵੀ ਸਵਖਤੇ ਸਵਖਤੇ ਜਾਈਏ, ਠੰਡੇ ਠੰਡੇ ਹੀ। ਕਾਦੀਆਂ ਤੋਂ ਲਿਆਵਾਂਗੇ ਫਿਰ। ਕਾਦੀਆਂ ਤੋਂ ਲਿਆਵਾਂਗੇ ਹੈਨਾ? ਹਾਂ, ਸਕੂਟਰੀ 'ਤੇ ਚੱਲ ਜਾਵਾਂਗੇ ਦੋਵੇਂ ਜਾਣੇ। ਕੋਈ ਨਹੀਂ, ਚੱਲ ਜਾਵਾਂਗੇ। ਹੈਂ, ਹੋਰ ਅਤੇ ਚੱਲ ਭਾਬੀ ਨੂੰ? ਭਾਬੀ ਆਪੇ ਘਰ ਰਹਿ ਗਈ, ਇੱਕ ਜਣੇ ਦੇ ਘਰ ਵੀ ਰਹਿਣਾ ਪੈਣਾ। ਠੀਕ ਆ। ਮੰਮੀ ਜੀ ਮੇਰੀ ਗੱਲ ਸੁਣੋ, ਜਿੱਦਾਂ ਤੁਸੀਂ ਮੈਨੂੰ ਹਰ ਵਾਰੀ ਕੱਪੜੇ ਬਣਾ ਕੇ ਦਿੰਦੇ ਆ ਜਾਂ ਪੈਸੇ ਦਿੰਦੇ ਆ, ਤੇ ਭਾਬੀ ਗੁੱਸਾ ਤੇ ਨਹੀਂ ਕਰਦੇ ਹੈਗੇ? ਨਹੀਂ, ਗੁੱਸਾ ਕਿਹੜੀ ਗੱਲ ਕਰੂਗੀ ਉਹ?
छह महीने उन्होंने कपड़े बना के दे दिए आ नहीं फिर भी अगली आखूगी जो आ जाती है उदमी कुछ ना कुछ भर के खिला देंगे तो फिर धियान तो देना ही होंगे दसवंत क्ढी दा धियां वास्ते जरूरी मैं कड़ के होर देन डी अपनी धी नू देनी अपनी मर्जी करनी की मैं वाल वेखना ठीक आए नी आ जाते डे हमने दवाई पा झोने किन्ने टाइम हो गया वा आहो कोई नी आ जाते हाल तेरे टब्बर टोर दा टब्बर टोर भी वधिया विक्की नहीं आया मेरा भी ठीक बना दूंगी मेरा भी ठीक बना गर्मिया वाला सूट तू बथेरे है तेरे को सूट उन्होंने कुड़ी ने लैने लैने होंगे हूं तो देने होंगे जो उन्हें आना हूं तो देने होंगे तो तू ना ही थोड़ा बनाने होंगे तो फिर की मेरे से कि खर्चा हो जाए ढा एक बना लगे मैनू भी दे नहीं तू रह दे तेन हम झोना पकेगा तो फिर बना देंगे तो कुड़ी ने बना के तो और रहने मैं भी हर बारी जरूरी होंगे वा हाले डेढ़ दो महीने हो कपड़े बना के दिते आ एक कपड़े खड़ती और मैं की देन डी हूँ ना कुड़िया का दसवंद क्ढना ही चाहिए वा कुड़िया तो देंदे धिया आईया आप थोड़ा रीस ना बनाने होंगे मैं अज ही बोलिया तू अगे तो जिनी बारी मर्जी आंदी है बना के देंदे मैं कभी क्या मेरा ऐरकी जी कर डेया ही मेनू भी बना दो अद कोई नी घर दें कपड़े बनाते रहा मुड़के हूं बना के तोर लें कपड़े बनाउण मैं मेनू भी ला जाओ मेरा भी जी करदा चल एक सूट मैं भी बना लिआउनी आ बड़िया गल्लां कीतियां नहीं इह तूं तां सड़दी आ कुड़ी तों मैं आपदा दसवंद कढ़दी आ तैनू की लोड़ आ बनाउण दी यार मैंने एक गल समझ नहीं आती कवल इन्हों की मैनू मिलते छे महीने कपड़े गर्मिया ते सियाल वो तो बना के देने ही होंगे आ गर्मिया भी गर्मिया वाले पैने ते सियाल च भी सियाल वाले पैने मेरी शौक मेरे मेरी रीझ कोई नहीं हैगी वक्री चल कोई गल नहीं तू अपना मूड ना खराब कर मैं करूंगा गल मम्मी नाल आहे मैं ते कुड़ी दा दसवंद कढ़दी आ अगे इदा जिहड़ी घर इन्ना कम संभालदी आ इन्नी सेवा करदी आ ओदे दसवंद दी नहीं फिकर हैगी मैं तो चलो मंगदी भी नहीं कि मेरा दसवंद कढ़ो मैं तो वैसे ही कह बैठी मैं चल मेरा भी दिल कर लिया मैं भी एक बना लैनी आ चल हुण मैं फिर गल ही कर सकदा ना मम्मी नाल कोई गल नहीं मैं गल करूंगा वैसे भी जदों आउंदी आ कुड़ी हर वारी कपड़े बना के दिंदे मैं कदी नहीं रोकिया इन्हां नूं मम्मी हर वारी बना के दिंदे आ जिन्ने फेरे आ इन्हां ने सूट देने ही बना के देने ही देने आ तो मैं तो अपनी गल कीती चल एक मैं भी बना लैनी आ फिर मैनू नहीं गुस्सा आंदा चल कोई गल नहीं हुण तू अपना मूड ना खराब कर मैं करूंगा गल मम्मी दे नाल ठीक है एदा मूड खराब किया की होना चला उठ।
राथी लाउन आए होने हाथ की लाउन आना आ तेन पता ही टाइम घट ही हुंदा अपने कोल यच भी मिट्टी लगी आ पता नहीं केड़ी मिट्टी दा बनया भाई यार रात भी रह लिया कर तू किन्ना कमना भरा कम से कम रात ते रह के आना ना जब जाना होना कोई गल नहीं तेरा भी मीणा ला दूंगा कह मीणा ला देगा कह कह के मीणा लाया की लाया तुम धक्के दे के कढ़ोगे जब मैं इतने रहन लग गया तू रह तो सही साडा शौक ते पूरा कर के रहन दा कोई गल नहीं हुण मिलदियां छुट्टियां तो भरा आ जाएंगे छुट्टियां च रहन टेंशन क्यों लैना तेन पता हुण ड्यूटी वाले बंदे आ नहीं छुट्टी देंदे थोड़ी कितना की करिए चल ठीक है भरावा सौ बहाने ने तेरे को बहाने का दे लागे झोने सारे के लगन वाला जे झोने बस रह गया एक गला लगन वाला बंदे बड़े औखे मिल रहे लै ला समान अपना कर ला पैक सारा ਭਰਾਵਾ ਪਹਿਲਾਂ ਦੱਸ ਦਿੰਦਾ ਮੈਂ ਉਹ ਬਾਹਰ ਅੱਡੇ ਤੱਕ ਛੱਡ ਹੀ ਆਉਂਦਾ ਤੈਨੂੰ ਘਰ ਆਉਂਦੀ ਖੇਚਲ ਵੀ ਨਾ ਪੈਂਦੀ ਮੈਂ ਇਹਨੂੰ ਫੋਨ ਕਰਤਾ ਪਹਿਲਾਂ ਮੈਂ ਟਾਈਮ ਥੋੜਾ ਹੱਦ ਆ ਯਾਰ ਹੱਦ ਤੱਕ ਤੇ ਰਹਿ ਲਿਆ ਕਰ ਰਾਤ ਵੀ ਮੈਂ ਤਾਂ ਤੈਨੂੰ ਕਹਿੰਦਾ ਰਹਿ ਲਾ ਅੱਜ ਕੁਛ ਨਹੀਂ ਹੁੰਦਾ ਚੱਲ ਜੀ ਫਿਰ ਸੋ ਨਹੀਂ ਨਹੀਂ ਕੋਈ ਨਹੀਂ ਫਿਰ ਆ ਜਾਾਂਗੇ ਤੇ ਚੰਗਾ ਭਰਾ ਚੱਲ ਫਿਰ ਚੰਗਾ ਫਿਰ ਚੰਗਾ ਭਰਾਵਾ ਫਿਰ ਕਿੱਥੇ ਤੁਰ ਪਏ ਨਹੀਂ ਚੱਲੀਏ ਹੁਣ सूट बना के दिते मेनू यार हद करदी आ तू अजे हुण तो 2 महीने पहला तो कपड़े खड़े आ क्यों फिर की आ मम्मी आंदे मैं रीज ना बना के दिते आ चंगे लगी दा इदां बार बार सूट लेंदे तू मना क्यों नहीं करदी उहनां नूं सूटां दी मैं तैनूं कमी रहण दिंदा दस कोई गल नहीं मम्मी मैनूं इन्ने रीज ना बना के दिंदे तेरा लै भी सूटां दा काल नहीं निकलना हैगा पूरा होना जिन्ने मर्जी तैनूं सूट बना बना के दे दो बंदा मना कर दिंदा चंगे लगी दा वा साल दे चार चार वारी तू सूट लै के जांदी आ तैनूं खुश होना चाहीदा ते तुसीं गुस्से च बोलदे मैनूं इदां दे कम्म चंगे नहीं लगदे हैगे खुश होना चाहीदा मैं जहां तेन ना बना के दिता वा ऐदा चंगे नहीं लगी दा गा तुसी ते बना के दिने आ हद कर दी तू मम्मी इत्थे आयो जरा की गल आओ तो सही बैठो ਮੰਮੀ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਵੈਸੇ ਕੀ ਗੱਲ ਹੋਈ ਜਿਹੜਾ ਤੁਸੀਂ ਕੰਮ ਕਰਦੇ ਜੀ ਮੈਂ ਨਹੀਂ ਕਹਿੰਦਾ ਵੀ ਕੁੜੀ ਆਉਂਦੀ ਆ ਤੁਸੀਂ ਉਹਨੂੰ ਕੁਛ ਨਾ ਦਿਆ ਕਰੋ ਦੋ ਉਹਦੀਆਂ ਰੀਝਾਂ ਕਰੋ ਪਰ ਵਿਹਾਰ ਦੀਆਂ ਕਰੋ ਬੇਵਿਹਾਰੀਆਂ ਨਾ ਕਰਿਆ ਕਰੋ ਤੁਸੀਂ ਉਹਨੂੰ ਜਦੋਂ ਆਉਂਦੇ ਜੇ ਉਹਦੇ ਲਈ ਕੋਈ ਨਾ ਕੋਈ ਸੂਟ ਕੋਈ ਕੱਪੜਾ ਲੀੜਾ ਕੋਈ ਪੈਸਾ ਧੇਲਾ ਉਹਨੂੰ ਜ਼ਰੂਰ ਦਿੰਦੇ ਜੇ ਮੈਂ ਇਹ ਗੱਲ ਦਾ ਵਿਰੋਧ ਨਹੀਂ ਕਰਦਾ ਪਰ ਇੱਕ ਵਿਹਾਰ ਨਾਲ ਤਾਂ ਚੱਲਿਆ ਕਰੋ ਵਿਹਾਰ ਦੇ ਕੀ ਗੱਲ ਜਦੋਂ ਆਉਂਦਾ ਧੀ ਪੁੱਤ ਧੀ ਆਉਣ ਦੇਈਦਾ ਹੀ ਆ ਮੈਂ ਕਿਹੜਾ ਕੋਈ ਕਰ ਦਿੰਦੀ ਹਾਂ ਸਾਰੀ ਦੁਨੀਆ ਦਿੰਦੀ ਹੈ ਨਾਲ ਧੀਆਂ ਦਾ ਦਸੰਦ ਤਾਂ ਕੱਢਣਾ ਚਾਹੀਦਾ ਮੰਮੀ ਤੁਸੀਂ ਸੰਦੀਪ ਨੂੰ ਆਪਣੀ ਧੀ ਨਹੀਂ ਮੰਨਦੇ ਮੰਨਦੀ ਤਾਂ ਫਿਰ ਉਹਦਾ ਦਸੰਦ ਕਿੱਥੇ ਹੁੰਦਾ ਤੇ ਉਹਨੂੰ ਮੈਂ 6 ਮਹੀਨੇ ਲੈ ਕੇ ਦਿੰਦੀ ਹਾਂ ਮੰਮੀ ਉਹਨੂੰ ਲੈ ਕੇ ਦਿੰਦੇ ਤੁਸੀਂ 6 ਸਮਾਈ ਜ਼ਰੂਰਤ ਅਨੁਸਾਰ ਕਦੇ ਸ਼ੌਂਕ ਦਾ ਵੀ ਲੈ ਕੇ ਦਿੱਤਾ ਤੇ ਸ਼ੌਂਕ ਦਾ ਹੀ ਲੈ ਲਈਦਾ ਜਿੱਦਾਂ ਦੀ ਕਹਿੰਦੀ ਉੱਦਾਂ ਦੇ ਲੈ ਕੇ ਦਿੰਦੀ ਹਾਂ ਮੰਮੀ ਉਹ ਹੋ ਗਏ ਸਿਆਲ ਵਾਲੇ ਜਾਂ ਗਰਮੀਆਂ ਵਾਲੇ ਕਦੇ ਉਹਦੇ ਬਿਨਾਂ ਕਹਿਣ ਤੋਂ ਲਿਆ ਕੇ ਦਿਓ ਉਹਨੂੰ ਫਿਰ ਉਹਦੇ ਚਿਹਰੇ 'ਤੇ ਖੁਸ਼ੀ ਵੇਖਿਓ ਮੈਂ ਨਹੀਂ ਕਹਿੰਦਾ ਤੁਸੀਂ ਪ੍ਰੀਤ ਨੂੰ ਵੀ ਨਾ ਦਿਆ ਕਰੋ ਵਿਹਾਰ ਦਾ ਦਿਆ ਕਰੋ ਅਤੇ ਮੈਂ ਇਹ ਵੀ ਨਹੀਂ ਕਹਿੰਦਾ ਕਿ ਤੁਸੀਂ ਸੰਦੀਪ ਨੂੰ ਵੀ ਜ਼ਰੂਰੀ ਲੈ ਕੇ ਦਿਆ ਕਰੋ ਇਹਨੂੰ ਵਿਹਾਰ ਦੇ ਲੈ ਕੇ ਦਿਓ ਪਰ ਜਿੱਦਾਂ ਤੁਸੀਂ ਸ਼ੌਂਕ ਆਪਣੀ ਕੁੜੀ ਦਾ ਕਰਦੇ ਜੇ ਨਾ ਉੱਦਾਂ ਦਾ ਸ਼ੌਂਕ ਇਹਦਾ ਵੀ ਕਰੋ ਬਰਾਬਰ ਰੱਖੋ ਦੋਵਾਂ ਨੂੰ ਫਿਰ ਘਰ ਚੱਲਦੇ ਆ ਗੱਲ ਤਾਂ ਤੇਰੀ ਸਹੀ ਆ ਫਰਕ ਤਾਂ ਮੈਂ ਕਰ ਹੀ ਜਾਂਦੀ ਹਾਂ ਜੇ ਇਹਨੂੰ ਮੈਂ ਧੀ ਸਮਝਾਂਗੀ ਤੇ ਮੇਰੀ ਧੀ ਨੂੰ ਵੀ ਗਾਂ ਉਹਦੇ ਸਹੁਰੇ ਧੀ ਸਮਝਣਗੇ ਬਿਲਕੁਲ ਜੱਜ ਤੁਸੀਂ ਇਹਨੂੰ ਆਪਣੀ ਧੀ ਸਮਝੋਗੇ
ਤੇ ਫੇਰ ਹੀ ਅਸੀਂ ਆਸ ਰੱਖਾਂਗੇ ਆਪਾਂ ਆਪਣੀ ਕੁੜੀ ਦੇ ਸਹੁਰਿਆਂ ਦੇ ਉੱਤੇ ਕਿ ਉਹ ਵੀ ਉਹਨੂੰ ਧੀ ਸਮਝਣ ਹੈਨਾ। ਇਹ ਤੇ ਮੈਂ ਕੰਮ ਕਰ ਜਾਨੀ ਆ, ਤਾਂ ਮੈਨੂੰ ਚਾਹੀਦਾ ਨਹੀਂ ਇਦਾਂ ਕਰਨਾ। ਹੁਣ ਮੈਂ ਅੱਗੇ ਤੋਂ ਆਪਣੀ ਧੀ ਨੂੰ ਵੀ ਧੀ ਸਮਝਣਾ ਚਾਹੀਦਾ, ਜਿਹਨੇ ਸਾਰਾ ਕੁਛ ਲੈ ਕੇ ਤੁਰਨਾ ਆ, ਸਾਰੇ ਘਰ ਨੂੰ ਲੈ ਕੇ ਤੁਰਨਾ ਵਾ। लालच ਧੀਆਂ ਨੂੰ ਵੱਧ ਜਾਂਦਾ ਮਾਪਿਆਂ ਕੋਲ ਲੈਣ ਦਾ, ਨਵਾਂ ਚ ਵੀ ਫਰਕ ਨਾ ਪਾਓ ਤੇ ਫੇਰ ਹੀ ਵਧੀਆ ਗੱਲ ਆ। ਅੱਗੇ ਤੋਂ ਮੈਂ ਨਾ ਕੋਈ ਨੌ ਧੀ 'ਚ ਫਰਕ ਨਹੀਂ ਕਰੂੰਗੀ। ਮੈਨੂੰ ਪਤਾ ਲੱਗ ਗਿਆ ਵੀ ਉਸ ਦਿਨ ਮੈਂ ਸੂਟ ਵੀ ਲੈ ਕੇ ਦਿੱਤਾ ਤੈਨੂੰ, ਅਤੇ ਮੇਰੇ ਮਨ 'ਚ ਅਤੇ ਤੇਰੇ ਮਨ 'ਚ ਬੜੀ ਵਿਚਾਰ ਜਿਹੀ ਆਈ ਹੋਣੀ, ਅਤੇ ਮੈਂ ਤੇਰਾ ਵੀ ਦਸਵੰਧ ਨਾਲ ਹੀ ਕੱਢਿਆ ਕਰਾਂਗੀ ਜਿੱਦਾਂ ਮੈਂ ਪ੍ਰੀਤ ਦਾ ਕੱਢ ਲਈ। ਚਲੋ ਕੋਈ ਨਹੀਂ ਮੰਮੀ, ਤੁਸੀਂ ਕਹਿ ਤਾ।